ਸਕੂਲਾਂ ਦੇ ਵਿੱਚ ਹੁਣ ਵਿਦਿਆਰਥੀ ਗੁੱਡ ਮਾਰਨਿੰਗ ਦੀ ਥਾਂ ਤੇ ਜੈ ਹਿੰਦ ਕਹਿਣਗੇ ਅਤੇ ਸਾਰੇ ਸਕੂਲਾਂ ਦੇ ਵਿੱਚ ਇਹ ਫੈਸਲਾ ਲਾਗੂ ਹੋਏਗਾ। ਆਜ਼ਾਦੀ ਦਿਵਸ ਵਾਲੇ ਦਿਨ ਜਾਨੀ ਕਿ 15 ਅਗਸਤ ਤੋਂ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਗਿਆ। ਦੱਸ ਦਈਏ ਕਿ ਹਰਿਆਣਾ ਸਰਕਾਰ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਾਰੇ DEOs ਨੂੰ, BOs ਨੂੰ, ਸਾਰੇ ਅਧਿਕਾਰੀਆਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਸੂਬੇ ਦੇ ਜਿੰਨੇ ਵੀ ਸਕੂਲ ਨੇ ਉਸ ਦੇ ਵਿੱਚ ਪੜ੍ਹਨ ਵਾਲੇ ਜਿੰਨੇ ਵੀ ਵਿਦਿਆਰਥੀ ਨੇ ਉਹ ਗੁੱਡ ਮਾਰਨਿੰਗ ਦੀ ਥਾਂ ਤੇ ਜੈ ਹਿੰਦ ਕਹਿਣਗੇ। ਅਤੇ ਇਸ ਦੇ ਪਿੱਛੇ ਕਈ ਤਰਕ ਵੀ ਦਿੱਤੇ ਗਏ ਨੇ ਕਿ ਇਸ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਵਧੇਗੀ ਅਤੇ ਰਾਸ਼ਟਰ ਪ੍ਰਤੀ ਪਿਆਰ ਵੀ ਵਧੇਗਾ। ਜੈ ਹਿੰਦ ਕਹਿਣ ਦੇ ਨਾਲ ਏਕਤਾ, ਅਨੁਸ਼ਾਸਨ ਅਤੇ ਸਨਮਾਨ 'ਚ ਵੀ ਵਾਧਾ ਹੋਵੇਗਾ। ਇਸ ਦੇ ਨਾਲ ਹੀ ਪਰੰਪਰਾਵਾਂ ਦਾ ਵੀ ਸਨਮਾਨ ਵਧੇਗਾ ਅਤੇ ਜੈ ਹਿੰਦ ਕਹਿਣ ਨਾਲ ਇਕਜੁੱਟਤਾ ਵਧੇਗੀ। ਦੱਸ ਦਈਏ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਵੱਲੋਂ ਜੈ ਹਿੰਦ ਦਾ ਨਾਰਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੇ ਖਿਲਾਫ ਇਹ ਨਾਰਾ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਵੀ ਇਸ ਨੂੰ ਅਪਣਾਇਆ ਗਿਆ। ਤਾਂ ਹਰਿਆਣਾ ਸਰਕਾਰ ਦੇ ਵੱਲੋਂ ਇਸ ਸੰਬੰਧੀ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਸਿੱਖਿਆ ਅਧਿਕਾਰੀਆਂ ਨੂੰ 15 ਅਗਸਤ ਤੋਂ ਇਹ ਹੁਕਮ ਲਾਗੂ ਕਰਨਾ ਹੋਏਗਾ। ਹਰਿਆਣਾ ਦੇ ਸਕੂਲਾਂ ਦੇ ਵਿੱਚ ਗੁੱਡ ਮਾਰਨਿੰਗ ਦੀ ਥਾਂ ਤੇ ਹੁਣ ਜੈ ਹਿੰਦ ਬੋਲਣਾ ਹੋਏਗਾ। ਇਸ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਇਸ ਦੇ ਨਾਲ ਦੇਸ਼ ਭਗਤੀ ਦੀ ਭਾਵਨਾ ਵਧੇਗੀ, ਰਾਸ਼ਟਰ ਪ੍ਰਤੀ ਪਿਆਰ ਦੀ ਭਾਵਨਾ ਵਧੇਗੀ ਅਤੇ ਇਸ ਦੇ ਨਾਲ ਦੇਸ਼ ਦੇ ਇਤਿਹਾਸ ਪ੍ਰਤੀ ਸਨਮਾਨ ਦੇ ਵਿੱਚ ਵੀ ਵਾਧਾ ਹੋਏਗਾ। ਤਾਂ ਹਰਿਆਣਾ ਦੇ ਵਿੱਚ 15 ਅਗਸਤ ਤੋਂ ਇਹ ਹੁਕਮ ਲਾਗੂ ਹੋ ਗਿਆ। ਆਜ਼ਾਦੀ ਦਿਹਾੜੇ ਵਾਲੇ ਦਿਨ ਤੋਂ ਹੁਣ ਹਰਿਆਣਾ ਦੇ ਸਕੂਲਾਂ ਦੇ ਵਿਦਿਆਰਥੀ ਗੁੱਡ ਮਾਰਨਿੰਗ ਦੀ ਥਾਂ ਤੇ ਜੈ ਹਿੰਦ ਬੋਲਣਗੇ।